ਉਹ ਸੱਜਣ ਪ੍ਰਬੰਧਕ ਜਿਹੜੀ ਕਮੇਟੀ ਸੀ ਉਹ ਗਰੰਤੀ ਸਿੰਘ ਨਵਾਂ ਰੱਖ ਰਹੀ ਸੀ। ਮੈਂ ਜਾਣ ਸਾਰੇ ਹੀ ਪੁੱਛਿਆ, ਮੈਂ ਕਿਹਾ ਵੀ ਤਨਖਾਹ ਕਿੰਨੀ ਦੇ ਰਹੇ ਹੋ, ਕਿੰਨੀ ਸੇਵਾ ਦੇ ਰਹੇ ਹੋ? ਚਲੋ ਪ੍ਰਬੰਧਕਾਂ ਨੇ ਬੜਾ ਘੁਮਾ ਕੇ ਜੀ ਗੱਲ ਕੀਤੀ, ਕਹਿੰਦੇ ਜੀ ਵੈਸੇ ਤਾਂ ਅਸੀਂ ਦੇਣ ਨਹੀਂ ਦੇ ਸਕਦੇ, ਆ ਹੈ ਬਹੁਤ ਜਿਵੇਂ ਕਰਦੇ ਹੁੰਦੇ। ਅਤੇ ਇੱਕ ਸ਼ਬਦ ਕਿਹਾ ਸਾਡੀ ਤਨਖਾਹ ਹੈ ਕਹਿੰਦੇ ਜੀ 4500 ਰੁਪਈਆ, ਸਿਰਫ 4500 ਰੁਪਈਆ। ਮੈਂ ਉਹਨਾਂ ਨੂੰ ਕਾਰਨ ਪੁੱਛਿਆ, ਕਹਿੰਦੇ ਬਾਬਾ ਜੀ ਅਸੀਂ ਤਾਂ 4500 ਦੇ ਰਹੇ ਹਾਂ, ਇੱਥੇ ਕਈ ਇਹੋ ਜਿਹੇ ਵੀ ਆਏ ਕਹਿੰਦੇ ਸਾਨੂੰ 3500 'ਚ ਰੱਖ ਲਓ। ਉਹ ਗ੍ਰੰਥੀ ਸਾਹਿਬਾਨਾਂ ਨੂੰ ਪਹਿਲਾਂ ਜਿਹੜੇ ਆ ਯੋਗਤਾ ਦੇ ਆਧਾਰ ਤੇ ਰੱਖਦੇ ਆ, ਫਿਰ ਉਹਨਾਂ ਦਾ ਸਤਿਕਾਰ ਵੀ ਉਨਾ ਹੀ ਹੁੰਦਾ। ਇੱਥੇ ਗਰਾਵਟ ਸਾਡੇ ਪ੍ਰਬੰਧਕਾਂ 'ਚ ਹੈ, ਪ੍ਰਬੰਧਕਾਂ 'ਚ। ਪਹਿਲਾਂ ਤਾਂ ਅਸੀਂ ਯੋਗ, ਜਿਹੜਾ ਬੰਦਾ ਯੋਗ ਨਹੀਂ ਹੁੰਦਾ ਉਹਨੂੰ ਗ੍ਰੰਥੀ ਨਿਯੁਕਤ ਕਰ ਦਿੰਦੇ ਹਾਂ। ਪਿੰਡ ਦਾ ਨਾਂ ਨਾ ਲਈਏ ਅਤੇ ਮੈਂ ਤੁਹਾਨੂੰ ਘਟਨਾ ਦੱਸਾਂ, ਸਿੱਖਾਂ ਗਏ ਅਤੇ ਉੱਥੇ ਪ੍ਰਬੰਧਕ ਬੈਠੇ, ਕਹਿੰਦੇ ਜੀ ਛੁੱਟੀ ਕਰਨੀ ਬਾਬਾ ਜੀ ਦੀ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਅਸੀਂ ਸਵੇਰੇ ਆਉਣੇ ਅਤੇ ਚਾਹ ਦਾ ਨਾਂ ਹੀ ਲੈਂਦਾ ਲੈ ਸਾਡਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਚੈਨਲ ਦੇ ਨਾਲ ਜੁੜੇ ਤਮਾਮ ਦਰਸ਼ਕਾਂ ਦਾ। ਅੱਜ ਫਿਰ ਇੱਕ ਖਾਸ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ, ਕੁਝ ਖਾਸ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਪਹਿਲਾਂ ਦੀ ਤਰ੍ਹਾਂ ਭਾਈ ਕੁਲਦੀਪ ਸਿੰਘ ਜੀ ਮੌਜੂਦ ਰਹਿਣਗੇ ਫੱਗੂ ਵਾਲੇ। ਗੱਲਬਾਤ ਕਰਾਂਗੇ ਜਿਹੜੇ ਸਾਡੇ ਸਮਾਜ ਦੇ, ਸਾਡੇ ਧਰਮ ਦੇ ਮੌਜੂਦਾ ਚਲੰਤ ਮੁੱਦੇ ਨੇ, ਸਮਾਜ ਦੇ ਵਿੱਚ ਜਿਹੜੇ ਮੁੱਦਿਆਂ 'ਤੇ ਚਰਚਾ ਹੋ ਰਹੀ ਹੈ, ਚਰਚਾ ਕਰਨੀ ਬਣਦੀ ਹੈ, ਜ਼ਰੂਰੀ ਮਸਲੇ ਨੇ, ਉਹਨਾਂ 'ਤੇ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮੈਂ ਗੱਲ ਕੀਤੀ ਹੈ ਕਿ ਆਪਾਂ ਜਿਹੜੇ ਮੌਜੂਦਾ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਜ਼ਰੂਰੀ ਬਣਦੀ ਹੈ ਅਤੇ ਸਮਾਜ ਦੇ ਅਤੇ ਸਾਡੇ ਧਰਮ ਦੇ ਜ਼ਰੂਰੀ ਮੁੱਦੇ ਨੇ। ਪਹਿਲਾ ਮੁੱਦਾ ਆਪਾਂ ਲੈ ਲਈਏ ਕਿ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਛਿੜੀ ਹੋਈ ਹੈ ਕਿ ਜਿਹੜੇ ਗ੍ਰੰਥੀ ਸਿੰਘ ਨੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ, ਸਤਿਕਾਰਯੋਗ ਹੈ, ਗ੍ਰੰਥੀ ਸਾਹਿਬਾਨਾਂ ਨੂੰ ਗੁਰੂ ਕੇ ਵਜ਼ੀਰ ਦਾ ਦਰਜਾ ਜਿਹੜਾ ਹੈ ਬੜਾ ਪਵਿੱਤਰ ਦਰਜਾ ਦਿੱਤਾ ਜਾਂਦਾ ਹੈ, ਤਾਂ ਉਹਨਾਂ ਦੀ ਭੇਟਾਂ ਨੂੰ ਲੈ ਕੇ, ਉਹਨਾਂ ਦੇ ਸਤਿਕਾਰ ਨੂੰ ਲੈ ਕੇ ਜਿਹੜੀ ਗਿਰਾਵਟ ਆਈ ਹੈ, ਕਿਹਾ ਜਾ ਰਿਹਾ ਕਿ ਕੁਛ ਗ੍ਰੰਥੀ ਸਿੰਘ ਜਿਹੜੇ ਆ ਇੱਥੋਂ ਤੱਕ ਕਹਿਣ ਨੂੰ ਮਜਬੂਰ ਹੋ ਗਏ ਆ ਅੱਜ ਦੇ ਸਮੇਂ ਦੇ ਵਿੱਚ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਨਹੀਂ ਪਾਉਣਾ, ਅਸੀਂ ਬੱਚਿਆਂ ਨੂੰ ਇਹ ਨਸੀਹਤ ਦੇਵਾਂਗੇ ਕਿ ਤੁਸੀਂ ਹੋਰ ਕੋਈ ਜਿਹੜਾ ਪੇਸ਼ਾ ਅਪਣਾ ਲਓ, ਤੁਸੀਂ ਗੁਰੂ ਕੇ ਵਜ਼ੀਰ ਜਿਹੜਾ ਐਡਾ ਸਤਿਕਾਰਤ ਜਿਹੜਾ ਸੀਗਾ ਸਾਡਾ ਅਹੁਦਾ ਸੀਗਾ, ਉਸ ਲਾਈਨ 'ਚ ਬੱਚਿਆਂ ਨੂੰ ਨਹੀਂ ਪਾਉਣਾ ਚਾਹ ਰਹੇ, ਜਾਂ ਸਮਾਜ ਦੇ ਲੋਕ ਜਿਹੜੇ ਆ ਉਹ ਪਾਠੀ ਸਿੰਘਾਂ ਦੇ ਨਾਲੋਂ ਨਫ਼ਰਤ ਕਰਨ ਲੱਗ ਗਏ ਆ, ਜਾਂ ਇਹ ਤੁਸੀਂ ਵਿੱਚ ਰਹਿੰਦੇ ਹੋ ਜ਼ਿਆਦਾ ਨੇੜੇ ਰਹਿੰਦੇ ਹੋ ਗ੍ਰੰਥੀ ਸਿੰਘਾਂ ਦੇ, ਤਾਂ ਕੀ ਦੇਖਦੇ ਹੋ, ਜਿਹੜਾ ਉਹ ਕਾਰਨ ਕੀ ਹੈ ਇਸ ਚੀਜ਼ ਦਾ? ਇਹਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਇਹ ਹੈ ਜੀ, ਜਿਹੜਾ ਅੱਜ ਦਾ ਸਮਾਜ ਸੋਸ਼ਲ ਮੀਡੀਆ ਕਰਕੇ ਦਿੱਕਤ ਜਿੱਥੇ ਇਹ ਆ ਰਹੀ ਹੈ ਵੀ ਗ੍ਰੰਥੀ ਸਿੰਘਾਂ ਦੇ ਜਿਹੜੇ ਹਾਲਾਤ ਨੇ ਕਹਿ ਦਿੱਤਾ ਜਾਂਦਾ ਬਹੁਤ ਮਾੜੇ ਨੇ। ਆਪਾਂ ਕਹਿ ਲਈਏ ਵੀ ਵਿੱਚ ਹੱਦ ਤੱਕ ਕਈ ਦੇਖ ਲਈਏ ਜੇ ਆਪਾਂ ਹੈਗੇ ਵੀ ਹੈ, ਜ਼ਰੂਰ ਮਾੜੇ ਹੈ, ਅਸੀਂ ਵੇਖਿਆ ਵੀ ਹੈ ਹਾਲਾਤ ਮਾੜੇ ਵੀ ਨੇ, ਪਰ ਕੁਝ ਅਸੀਂ ਗ੍ਰੰਥੀ ਸਿੰਘ ਜਿਹੜੇ ਵੇਖੇ ਆ ਬਹੁਤ ਚੜ੍ਹਦੀ ਕਲਾ ਵਾਲੇ ਵੀ ਵੇਖੇ ਆ, ਦੋਨੇ ਪੱਖ ਨੇ ਇਹਦੇ ਵਿੱਚ, ਜਿਨ੍ਹਾਂ ਦੇ ਹਾਲਾਤ ਮਾੜੇ ਹੈ। ਜੇ ਆਪਾਂ ਕਹਿ ਲਈਏ ਵੀ 100 ਦੇ ਵਿੱਚੋਂ ਜੇ 10 ਗ੍ਰੰਥੀ ਸਿੰਘਾਂ ਦੇ ਹਾਲਾਤ ਮਾੜੇ ਹੈ, ਅਤੇ ਉਸ ਤੋਂ ਬਾਅਦ ਆਪਾਂ ਕਹਿ ਲਈਏ ਵੀ ਜਿਹੜੇ 90 ਦਾ ਚੰਗਾ ਜਿਨ੍ਹਾਂ ਦਾ ਸੀ ਉਹ ਨਹੀਂ ਵਿਖਾਇਆ ਗਿਆ, ਹੈ ਨਾ, ਆਪਣਾ ਜਿਹੜਾ ਗੱਲਬਾਤ ਕਰਨ ਦਾ ਅੱਜ ਵੱਡਾ ਕਾਰਨ ਮੇਨ ਕਾਰਨ ਹੈ ਵੀ ਜਿਵੇਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਚੱਲੀਆਂ ਅਤੇ ਕਈ ਬੰਦਿਆਂ ਨੇ ਰੀਟਵੀਟ ਕਰ ਕਰਕੇ ਪਾਏ, ਉਹਨਾਂ ਨੇ ਰੀਕੰਟੈਕਟ ਕਮੈਂਟ ਕਰ ਕਰ ਪਾਏ, ਬਿਲਕੁਲ, ਜਿਹਦੇ ਵਿੱਚ ਕਿਹਾ ਵੀ ਅਸੀਂ ਇੱਕ, ਮੈਂ ਗ੍ਰੰਥੀ ਸਿੰਘਾਂ ਦੇ ਬੱਚੇ ਦਾ ਪੜ੍ਹ ਰਿਹਾ ਸੀ, ਉਹ ਕਥਾ ਵਾਚਕ ਹੈ ਬਹੁਤ ਵੱਡਾ, ਅਤੇ ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ ਮੈਂ 17 ਸਾਲ ਹੋ ਗਏ ਕਥਾ ਕਰਦਿਆਂ ਨੂੰ, ਮੈਂ ਵੀ ਗ੍ਰੰਥੀ ਸਿੰਘ ਦਾ ਬੱਚਾ। ਜੇ ਆਪਾਂ ਅੱਜ ਦੇ ਪੱਧਰ ਦੇਖੀਏ ਵੀ ਕਹਿ ਰਹੇ ਸੀਗੇ ਵੀ ਅਸੀਂ ਗ੍ਰੰਥੀ ਸਿੰਘ ਵੀ ਅਸੀਂ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾਉਣਾ, ਹੈ ਨਾ, ਜਿਹੜੀ ਗਿਰਾਵਟ ਸਭ ਤੋਂ ਪਹਿਲਾਂ ਪ੍ਰਬੰਧਕੀ ਢਾਂਚੇ 'ਚ ਆਉਂਦੀ ਹੈ। ਇੱਕ ਆਪਾਂ ਕਹਿ ਦਿੰਦੇ ਹਾਂ ਬਾਬਾ ਬੁੱਢਾ ਸਾਹਿਬ ਜਦੋਂ ਗ੍ਰੰਥੀ ਸਿੰਘ ਸਨ, ਹੈ ਨਾ, ਵੀ ਬਾਬਾ ਬੁੱਢਾ ਸਾਹਿਬ ਦਾ ਦਰਜਾ ਹੈ ਗ੍ਰੰਥੀ ਸਿੰਘਾਂ ਨੂੰ, ਹੈ ਨਾ, ਉਹ ਪਦਵੀ ਹੈ, ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਨ ਉਦੋਂ ਪ੍ਰਬੰਧਕ ਵੀ ਧੰਨ ਗੁਰੂ ਅਰਜਨ ਸਾਹਿਬ ਸੀ, ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪ੍ਰਬੰਧ ਕਰਦੇ ਹੈ, ਅਤੇ ਉਹਨਾਂ ਸਤਿਕਾਰਤ ਹਸਤੀ ਗੁਰੂ ਸਾਹਿਬ ਦਾ ਵਜ਼ੀਰ ਹੈ ਗੁਰੂ ਕਾ ਗ੍ਰੰਥੀ ਸਿੰਘ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਦੱਸ ਦਿੰਦਾ, ਅਸੀਂ ਇੱਕ ਥਾਂ ਸਮਾਗਮ 'ਤੇ ਗਏ ਅਤੇ ਉੱਥੇ ਛੋਟਾ ਜਿਹਾ ਪ੍ਰੋਗਰਾਮ ਸੀ, ਉੱਥੇ ਗ੍ਰੰਥੀ ਸਿੰਘ ਜਿਹੜਾ ਸੀ ਅਤੇ ਉਹ ਸਾਨੂੰ ਸਭ ਤੋਂ ਪਹਿਲਾਂ ਮਿਲਿਆ, ਅਤੇ ਉਹਨਾਂ ਨੇ ਮਿਲ ਕੇ ਇੱਕੋ ਗੱਲ ਕਹੀ, ਤੁਸੀਂ ਜੀ ਜਦੋਂ ਅਰਦਾਸ ਬੇਨਤੀ ਹੋਈ ਨਾ ਆਪਣੀ ਕਰਨੀ ਹੋਈ ਸਮਾਪਤੀ ਤੋਂ ਬਾਅਦ, ਅਤੇ ਅਰਦਾਸ ਬੇਨਤੀ ਤੁਸੀਂ ਕਰ ਦਿੱਤੀ। ਓਕੇ, ਮੈਂ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਕਰ ਦਾਂਗੇ, ਪਰ ਤੁਹਾਨੂੰ ਕਿਵੇਂ? ਉਹ ਕਹਿੰਦੇ ਵੀ ਮੈਥੋਂ ਸੰਗਤ 'ਤੇ ਅਰਦਾਸ ਨਹੀਂ ਹੁੰਦੀ, ਗ੍ਰੰਥੀ ਸਿੰਘ ਕਹਿ ਰਿਹਾ। ਦੂਸਰਾ ਉਹਨੇ ਫਿਰ ਸ਼ਬਦ ਕਿਹਾ, ਕਹਿੰਦੇ ਜੀ ਆਨੰਦ ਸਾਹਿਬ ਦਾ ਪਾਠ ਵੀ ਤੁਸੀਂ ਪੜ੍ਹਦੇ? ਮੈਂ ਕਿਹਾ ਉਹ ਤਾਂ ਗੱਲ ਅਸੀਂ ਕੋਈ ਗੱਲ ਨਹੀਂ ਪੜ੍ਹਦੇ ਹਾਂ ਅਤੇ ਪੜ੍ਹਦਾ ਕੋਈ ਗੱਲ ਨਹੀਂ। ਤੀਸਰਾ ਸ਼ਬਦ ਕਿਹਾ ਜੀ ਹੁਕਮਨਾਮਾ ਸਾਹਿਬ ਵੀ ਤੁਸੀਂ ਲੈ ਲਿਓ। ਮੈਂ ਕਿਹਾ ਵੀ ਕਿਉਂ? ਕਹਿੰਦੇ ਅਸੀਂ ਸੰਗਤ 'ਚ ਹੁਕਮਨਾਮਾ ਸਾਹਿਬ ਨਹੀਂ ਲੈਂਦੇ। ਓਕੇ, ਚੌਥੀ ਗੱਲ ਉਹਨਾਂ ਕਹੀ ਵੀ ਤੁਸੀਂ ਸੰਗਤ ਦਾ ਧੰਨਵਾਦ ਵੀ ਕਰ ਦਿਓ। ਮੈਂ ਕਿਹਾ ਕਿਉਂ? ਕਹਿੰਦੇ ਸਾਨੂੰ ਧੰਨਵਾਦ ਨਹੀਂ ਕਰਨਾ ਆਉਂਦਾ। ਹੁਣ ਇੱਕ ਪੱਧਰ ਤਾਂ ਗ੍ਰੰਥੀ ਸਿੰਘ ਦਾ ਇਹ ਹੈ, ਨਾ ਉਹ ਅਰਦਾਸ ਕਰ ਸਕਦਾ ਸੰਗਤ ਵਿੱਚ, ਨਾ ਉਹ ਹੁਕਮਨਾਮਾ ਸਾਹਿਬ ਲੈ ਸਕਦਾ,
ना वो संगत का धन्यवाद ही कर सकता। बिल्कुल, पर एक थान असं यह भी गए जिथे ग्रंथी सिंह ने सब कुछ कर दिया, सिंह बहुत चढ़ती अरदास बेनती, एक एक शब्द उन्हों का सुनने वाला हों, एक शब्द मर्यादा चो लंघिया होया हों, है ना, एक भी ऊनताई नहीं होंगी, एक पक्ष यह भी है। हूँ जे आप दोनों का कंपेयर एक दूजे करिए, ग्रंथी सिंह ही वह है जोड़ा शुद्ध गुरबाणी पढ़ता है, जोड़ा अरदास बेनती करता है, जिसकी चढ़ती कला वाला जीवन है, एक ग्रंथी सिंह वो है जिन्हों तो अरदास नहीं होंगी, पक्ष दो है, ग्रंथ बजदे दो नहीं ग्रंथी सिंह है, पर इत्थे पद्धर लिया के खड़ा दिता जाता है। हुण जिहड़ा ग्रंथी सिंह चढ़दी कला वाला है उन्हूं भी इसे लैन च लिया के रोक दिता जाता है। एक दुखान ते है साडा वीरो एका नहीं, ग्रंथी सिंह का एका नहीं, वड्डी गल असीं कितां गए, वह सज्जन प्रबंधक जिहड़ी कमेटी से वह ग्रंथी सिंह नवा रख रही सी, मैं जान सारे ही पुछया, मैं कहा वी तनखाह किन्नी दे रहे हो, किन्नी सेवा दे रहे हो? चलो प्रबंधकों ने बड़ा घुमा के जी गल की, कहिंदे जी वैसे तो असीं देन नहीं दे सकते, आ है वो है, जिवें करदे हुंदे आ, ते एक शब्द कहा साडी तनखाह है कहिंदे जी 4500 रुपया, सिर्फ 4500 रुपया। मैं उन्होंने कारण पूछा, कहिंदे बाबा जी असीं तां 4500 दे रहे हां, इत्थे कई इहो जिहे भी आए कहिंदे सानू 3500 च रख लो। ओके, गंती सिंह आ के कह रहे हैं सानू 3500 च रख लो, हुण इह पद्धर किधर नूं जांदा है? ग्रंथी सिंघां दे लई कोई जिहड़ी हैगी क्वालिफिकेशन है, योग्यता जिहड़ी आ ਉਹ ਨਿਰਧਾਰਤ ਹੋਣੀ ਚਾਹੀਦੀ ਹੈ ਕਿ ਉਹਨੂੰ ਸਭ ਲਈ, ਮੈਂ ਕਹਿੰਦਾ ਸਾਡੇ ਕਥਾ ਵਾਚਕਾਂ ਲਈ ਵੀ, ਸਾਡੇ ਕੀਰਤਨੀਆਂ ਵਾਲਿਆਂ ਲਈ, ਸਾਡੇ ਗ੍ਰੰਥੀ ਸਿੰਘਾਂ ਲਈ, ਸਭ ਲਈ ਇੱਕ ਯੋਗਤਾ ਨਿਰਧਾਰਤ ਹੋਵੇ, ਅਕਾਲ ਤਖਤ ਸਾਹਿਬ ਵੱਲੋਂ ਇਹ ਦੇਸ਼ ਹੋਵੇ। ਚਲੋ ਯੋਗਤਾ ਦੀ ਗੱਲ ਛੱਡੋ, ਹੁਣ ਜੇ ਆਪਾਂ ਯੋਗਤਾ ਦੀ ਇੱਕ ਮਿੰਟ ਯੋਗਤਾ ਦੀ ਗੱਲ ਵੀ ਛੱਡੋ, ਅਕਾਲ ਤਖਤ ਸਾਹਿਬ ਤੋਂ ਇੱਕ ਪੇਪਰ ਛਪ ਜੇ, ਕਹਿ ਲਈਏ ਆਪਾਂ ਜਿਵੇਂ ਬੱਚਿਆਂ ਦੇ ਪੇਪਰ ਹੁੰਦੇ ਹੈ, ਇਵੇਂ ਸਾਡੇ ਪੇਪਰ ਹੋ ਜਾਣ, ਜਿਵੇਂ ਕਥਾ ਵਾਚਕਾਂ ਦੇ ਪੇਪਰ ਇਤਿਹਾਸ 'ਚ ਹੋ ਜੇ, ਗੁਰਬਾਣੀ 'ਚ ਹੋ ਜੇ, ਉਹ ਪੇਪਰ ਨੂੰ ਜਿਹੜਾ ਪਾਸ ਕਰ ਦੇਗਾ ਉਹਨੂੰ ਉਸ ਯੋਗਤਾ ਦੇ ਆਧਾਰ 'ਤੇ ਉਹਨਾਂ ਨੂੰ ਉਹ ਜੀ ਕਹਿ ਲਈਏ ਤਨਖਾਹ ਹੋ ਜੇ, ਉਹਨਾਂ ਨੂੰ ਉਹ ਤਾਂ ਸਿਸਟਮ ਹੋ ਜੇ, ਜਿਵੇਂ ਜਿਵੇਂ ਅੱਜ ਕੋਰਸ ਹੈਗੇ, ਹਾਂਜੀ, ਪੜ੍ਹਾਈ ਦੇ ਵੀ, ਜੇ ਕਿਸੇ ਦੀ ਗ੍ਰੈਜੂਏਸ਼ਨ ਹੈ ਤਾਂ ਉਹਨੂੰ ਇੰਨੀ ਤਨਖਾਹ ਮਿਲੂਗੀ, ਗ੍ਰੈਜੂਏਸ਼ਨ ਤੋਂ ਪਲੱਸ ਕੋਈ ਡਿਪਲੋਮਾ ਹੈ ਕਿਸੇ ਫੀਲਡ ਦੇ ਵਿੱਚ ਤਾਂ ਉਹਦੇ ਵੱਖਰਾ ਹੈ, ਜਿਵੇਂ ਡੀਸੀ ਰੇਟ ਸਰਕਾਰ ਨੇ ਰੱਖੇ ਹੋਏ ਆ ਵੀ ਗ੍ਰੈਜੂਏਸ਼ਨ ਵਾਲਿਆਂ ਦੀ, ਮਾਸਟਰ ਡਿਗਰੀ ਵਾਲਿਆਂ ਦੀ, ਉਸ ਡਿਗਰੀਆਂ ਤੇ ਕੋਈ ਡਿਪਲੋਮਾ ਜਾਂ ਕੋਈ ਕੋਰਸ ਜਿਹੜੇ ਆ, ਵੱਡੀ ਕਮੀ ਇੱਥੇ ਹੈ, ਵੱਡਾ ਕਾਰਨ ਜਿਹੜਾ ਅੱਜ ਇਹ ਆ ਰਹੇ ਨੇ ਇਹ ਇਹੀ ਵੱਡੀ ਇੱਥੇ ਕਮੀ, ਅਸੀਂ ਮੇਨਟੇਨ ਨਹੀਂ ਕਰ ਪਾਏ ਇਸ, ਸਾਡੇ ਪ੍ਰਚਾਰਕਾਂ ਦੇ ਵਾਸਤੇ ਡਿਪਲੋਮੇ ਕਾਲਜ, ਸਾਡੇ ਮਿਸ਼ਨਰੀ ਕਾਲਜ ਉਹ ਤੇ ਹੈਗੇ ਆ, ਪਰ ਸਾਰੇ ਉੱਥੋਂ ਲੰਘ ਕੇ ਤਾਂ ਨਹੀਂ ਨਾ ਆਉਂਦੇ, ਸਾਰੇ ਨਹੀਂ ਲੰਘ ਕੇ ਆਉਂਦੇ, ਪਰ ਜਿਹੜੇ ਲੰਘ ਕੇ ਆਉਂਦੇ ਉਹਨਾਂ ਨੂੰ ਵੀ ਕਈ ਵਾਰੀ ਇਹੀ ਲੈਂਚ ਖੜਾ ਦਿੱਤਾ ਜਾਂਦਾ, ਉਹ ਵੀ ਵਿਚਾਰੇ ਕਿ 4500 ਤੇ 5500। ਅੱਜ ਦਾ ਸਮਾਂ ਹੈ, ਮਹਿੰਗਾਈ ਦਾ ਚੁੱਕ ਹੈ, 4500 ਰੁਪਏ ਆ ਤਾਂ ਜੇ ਤੁਸੀਂ ਸਾਰਾ ਟੱਬਰ ਕੱਪੜੇ ਲੈਣ ਬੈਠੋ ਉਹਨਾਂ ਤੱਕ ਦੁਕਾਨ 'ਚੋਂ ਕੱਪੜੇ 4-5 ਹਜ਼ਾਰ ਰੁਪਏ ਆ ਜਾਂਦੇ, ਰਾਸ਼ਨ ਵੀ ਨਹੀਂ ਆਉਂਦਾ, ਹੈ ਨਾ, ਤੁਸੀਂ ਇਹ ਹਾਲਾਤ ਹੈ। ਦੂਜੀ ਗੱਲ ਮੇਨ ਰਹਿ ਗਈ ਪ੍ਰਬੰਧਕਾਂ ਦੀ, ਹੁਣ ਕਈ ਥਾਂ ਇਹੋ ਜਿਹੇ ਹੈ, ਅਸੀਂ ਕਈ ਵਾਰੀ ਕਿਹਾ ਮੇਰਾ ਜ਼ਿਆਦਾ ਹੁੰਦਾ ਵੀ ਜਿੱਥੇ ਪ੍ਰਬੰਧਕ ਕੋਈ ਮਿਲਦਾ, ਮੈਂ ਕਹਿੰਦਾ ਵੀ ਤਨਖਾਹ ਵਧਾਓ, ਉਹ ਅਗਲੇ ਪ੍ਰਬੰਧਕ ਕਹਿੰਦੇ ਸਾਡੇ ਤਾਂ ਪਿੰਡ ਦੀ 700-800 ਵੋਟ ਹੈ, 700-800 ਵੋਟ 'ਚੋਂ 70-80 ਬੰਦੇ ਸਵੇਰੇ ਗੁਰਦੁਆਰਾ ਸਾਹਿਬ ਆਉਂਦੇ ਹੈ, ਐਡਾ ਕੁ ਸਾਡੇ ਪ੍ਰਬੰਧ ਹੈ। ਪਰ ਜੇ ਤੁਸੀਂ ਵੇਖੋ ਵੀ ਗੁਰੂ ਘਰ 'ਤੇ ਉਹਨਾਂ ਨੇ ਕਈ ਥਾਂ 'ਤੇ ਕਰੋੜ ਦੋ ਕਰੋੜ ਵੀ ਲਾਇਆ ਹੁੰਦਾ, ਹੈ ਨਾ, ਅਤੇ ਗ੍ਰੰਥੀ ਸਿੰਘ ਦੀ ਭੇਟਾ ਵੇਲੇ ਉਹ ਚਾਹੁੰਦਾ, ਗ੍ਰੰਥੀ ਸਿੰਘ ਪਿੰਡ ਦੇ ਵਿੱਚ ਵਧੀਆ ਹੋਊਗਾ ਤਾਂ ਉਹ ਜਿਹੜੇ ਪਿੰਡ ਦੇ ਜਨਰੇਸ਼ਨ ਹੈ, ਬੱਚੇ ਹੈ, ਉਹਨਾਂ ਨੂੰ ਗੁਰਬਾਣੀ ਨਾਲ ਜੋੜੂਗਾ, ਸੁਬਹ ਸ਼ਾਮ ਕਥਾ ਕਰੂਗਾ, ਮਰਿਆਦਾ ਬਾਰੇ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗੂਗਾ। ਜੇ ਯੋਗਤਾ ਦੇ ਆਧਾਰ 'ਤੇ ਰੱਖੇ ਜਾਣ ਜਾਂ ਤਨਖਾਹ ਉਹਨਾਂ ਨੂੰ ਉਹ ਜਿਹੀ ਦਿੱਤੀ ਤਾਂ ਜੋੜੂਗਾ, ਅਤੇ ਜਿਹੜਾ ਵਿਚਾਰਾ ਆਪ ਵਿਚਾਰਾ 4-5 ਹਜ਼ਾਰ 'ਤੇ ਹੈ, ਉਹ ਫਿਰ ਸਹਿਜ ਪਾਠ ਵੀ ਕਰੂਗਾ, ਉਹ ਕੋਈ ਆਸੇ ਪਾਸੇ ਹੋਰ ਵੀ ਕੰਮ ਕਰਨਾ ਪਊਗਾ, ਉਹ ਇੰਨੇ ਕੰਮਾਂ 'ਚ ਨਿਕਲ ਕੇ ਕਿਵੇਂ ਬੱਚਿਆਂ ਨੂੰ ਪੜ੍ਹਾ ਲਊ ਫਿਰ? ਬਿਲਕੁਲ, ਬਹੁਤ ਮੁਸ਼ਕਲ ਹੋ ਜਾਊਗਾ। ਸਵੇਰੇ ਸ਼ਾਮ ਕੋਈ ਗੁਰਬਾਣੀ ਦੀ, ਹੁਕਮਨਾਮਾ ਸਾਹਿਬ ਦੀ ਕਥਾ ਗ੍ਰੰਥੀ ਲਗਭਗ ਜਿਹੜੇ ਆ ਜਾਂ ਲੜੀਵਾਰ ਕਥਾ ਕਈ ਜਿਹੜੇ ਗ੍ਰੰਥੀ ਪਿੰਡਾਂ ਦੇ ਵਿੱਚ ਵਧੀਆ ਕਰਦੇ ਆ, ਕੋਈ ਹੁਕਮਨਾਮਾ ਸਾਹਿਬ ਦੀ ਕਥਾ, ਆਪਾਂ ਸੋਚਦੇ ਹਾਂ ਵੀ ਜੇ ਹਰ ਪਿੰਡ ਦੇ ਵਿੱਚ ਡੇਲੀ ਦੇ ਹੁਕਮਨਾਮਾ ਸਾਹਿਬ ਦੀ ਜਿਹੜੀ ਕਥਾ ਹੈ ਉਹ ਹੁੰਦੀ ਰਹੇ, ਉਹਦੇ 'ਚੋਂ ਵੀ ਬਹੁਤ ਸਾਰਾ ਗਿਆਨ ਜਿਹੜਾ ਮਰਿਆਦਾ ਹੈ ਉਹ ਪਿੰਡ ਦੇ ਲੋਕ ਜਿਹੜੇ ਉਹ ਸਪੀਕਰ ਦੇ ਵਿੱਚ। ਗੁਰਮੀਤ ਸਿੰਘ ਜੀ, ਸਾਡੇ ਵਰਗਿਆਂ ਦੀ ਲੋੜ ਨਾ ਪੈਂਦੀ, ਅਸੀਂ ਕਥਾ ਕਰਦੇ ਹਾਂ ਨਾ, ਅਸੀਂ ਪਿੰਡਾਂ 'ਚ ਜਾਂਦੇ ਹਾਂ, ਪ੍ਰਚਾਰ ਕਰਦੇ ਹਾਂ, ਹੋਰ ਸਾਡੇ ਵਰਗਿਆਂ ਦੀ ਲੋੜ ਹੀ ਨਾ ਪੈਂਦੀ ਜੇ ਗ੍ਰੰਥੀ ਸਿੰਘ ਯੋਗਤਾ ਦੇ ਆਧਾਰ 'ਤੇ ਰੱਖੇ ਹੁੰਦੇ, ਤਨਖਾਹ ਉਹਨਾਂ ਦੀਆਂ ਡਬਲ ਹੁੰਦੀਆਂ, ਟ੍ਰਿਪਲ ਹੁੰਦੀਆਂ, ਅਤੇ ਉਹ ਹੀ ਕਥਾ ਕਰਿਆ ਕਰਦੇ, ਉਹ ਹੀ ਕੀਰਤਨ ਕਰਿਆ ਕਰਦੇ, ਨਾਲੇ ਉਹਨਾਂ ਨੂੰ ਆਪਦੇ ਪਿੰਡ ਦਾ ਸਾਰਾ ਪਤਾ ਹੋਵੇ, ਹੈ ਨਾ, ਉਹ ਹੀ ਕਰਿਆ ਕਰਨ। ਮੈਂ ਤਾਂ ਕਈ ਥਾਂ 'ਤੇ ਜਾਂਦਾ, ਉਹਨੂੰ ਕਹਿ ਕੇ ਆਉਣਾ ਜਿੱਥੇ ਉਹ ਗ੍ਰੰਥੀ ਸਿੰਘ ਕੋਈ ਅੰਮ੍ਰਿਤ ਵੇਲੇ ਕਥਾ ਕਰਦਾ, ਮੈਂ ਉਹਨੂੰ ਕਹਿਣਾ ਵੀ ਤੁਸੀਂ ਭੋਗਾਂ 'ਤੇ ਵੀ ਕਰੋ ਭਾਈ, ਕੋਈ ਵੀ ਸਮਾਗਮਾਂ 'ਤੇ ਕਰਿਆ ਕਰੋ, ਹੈ ਨਾ, ਤਿਆਰੀ ਕਰੋ, ਤਾਂ ਐਕਸਪੀਰੀਅੰਸ ਹੈ ਆਪਣਾ। ਬਿਲਕੁਲ ਬਿਲਕੁਲ, ਹਾਂਜੀ, ਹੁਣ ਉਹਨਾਂ ਦਾ ਗਿਆਨ ਵੀ ਵੱਧ ਹੈ, ਗਿਆਨ ਵੱਧ, ਜਿਹੜੇ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਹੈ ਉਹ ਇੱਕ ਪ੍ਰਚਾਰਕ ਦਾ ਰੋਲ ਵੀ ਨਿਭਾਊਗਾ, ਜੋ ਕਥਾ ਕੀਰਤਨ ਕਰ ਲੈਂਦਾ ਤਾਂ ਜੀ ਵਧੀਆ ਤਰੀਕੇ ਨਾਲ, ਉਸੇ ਤਰੀਕੇ ਨਾਲ ਜੇ ਉਹਦੀ ਯੋਗਤਾ ਤਾਂ ਫਿਰ ਉਹ ਪ੍ਰਬੰਧਕ ਉਹਨੂੰ ਉਸ ਹਿਸਾਬ ਨਾਲ ਤਨਖਾਹ ਵੀ ਦੇਣ।
ਮੈਨੂੰ ਨਹੀਂ ਲੱਗਦਾ ਫਿਰ ਉਹ ਕਹੂਗਾ ਕਿ ਮੇਰਾ ਬੱਚਾ ਇਸ ਲਾਈਨ 'ਚ ਨਾ ਆਵੇ। ਫਿਰ ਹਰ ਬੱਚਾ ਹੁਣ ਅਸੀਂ ਚਾਹਾਂਗੇ ਅੱਜ ਜੇ ਮੇਰਾ ਜੀਵਨ ਠੀਕ ਹੈ, ਸਾਡਾ ਲੇਵਲ ਪ੍ਰਚਾਰ ਦਾ ਠੀਕ ਹੈ, ਮੈਂ ਚਾਹੁੰਦਾ ਮੇਰਾ ਬੱਚਾ ਵੀ ਇਸ ਲਾਈਨ 'ਚ ਆਵੇ। ਹੋਰ ਬਹੁਤ ਸਿੰਘ ਮਿਲਦੇ ਆ, ਉਹ ਕਈਆਂ ਦੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਆ ਗਈ ਜੀ ਜਿਹਨੇ ਗ੍ਰੰਥੀ ਸਿੰਘ ਲੱਗ ਰਹੇ ਹਨ। ਸਾਰੇ ਬੰਦੇ ਇੱਕੋ ਜਿਹੇ ਨਹੀਂ, ਸਾਰੇ ਬੰਦੇ ਚੰਗੇ ਨੇ ਅਤੇ ਸਾਰੇ ਮਾੜੇ ਨੇ, ਇਹ ਦੋਨੇ ਪੱਖੀ ਹੈ। ਮੈਂ ਪਹਿਲਾਂ ਕਿਹਾ ਇੱਕ ਬੰਦਾ ਉਹ ਹੈ ਜਿਹੜਾ 3000 ਦੇ ਯੋਗ ਵੀ ਨਹੀਂ, ਤੇ ਇੱਕ ਬੰਦਾ ਉਹ ਹੈ ਜਿਹਨੂੰ 30000 ਦੇ ਦੇ ਤਾਂ ਵੀ ਥੋੜਾ। ਜਿਹੜੀਆਂ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਹੈ, ਵਿਦਿਅਕ ਅਦਾਰੇ ਬਣਾਏ ਆ ਉਹਨਾਂ ਨੇ, ਸਕੂਲ ਕਾਲਜ ਬਣਾਏ ਆ, ਬੜਾ ਸੋਹਣਾ ਉਪਰਾਲਾ ਚੱਲੀ ਜਾਂਦੇ ਆ, ਪਰ ਇਸ 'ਤੇ ਵੀ ਥੋੜ੍ਹਾ ਵਰਕ ਕਰਨਾ ਚਾਹੀਦਾ ਕਿ ਜਿਹੜੇ ਗ੍ਰੰਥੀ ਸਿੰਘ ਪਿੰਡਾਂ ਦੇ ਗੁਰਦੁਆਰਾ ਸਾਹਿਬਾਨਾਂ 'ਚ, ਹੁਣ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ, ਦਿੱਲੀ ਕਮੇਟੀ ਦੇ, ਹਰਿਆਣਾ ਕਮੇਟੀ ਦੇ ਕੋਈ ਪ੍ਰਬੰਧ ਅਧੀਨ ਜਿਹੜੇ ਗੁਰਦੁਆਰਾ ਸਾਹਿਬਾਨ ਹੈ, ਉੱਥੇ ਜਿਹੜੇ ਗ੍ਰੰਥੀ ਸਿੰਘ ਜਾਂਦੇ ਆ ਉਹ ਪ੍ਰੋਪਰ ਪ੍ਰੋਸੈਸ ਵਿੱਚ ਦੀ ਲੰਘ ਕੇ ਜਾਂਦੇ ਆ। ਬਿਲਕੁਲ, ਇੰਟਰਵਿਊ ਪੇਪਰ ਜਿਹੜਾ ਆਪਾਂ ਗੱਲ ਕੀਤੀ ਆ ਉਹ ਸਾਰਾ ਹੁੰਦਾ, ਪਰ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਗ੍ਰੰਥੀ ਸਿੰਘ ਹੈ ਉਹਨਾਂ ਦੇ ਲਈ ਕੋਈ ਇਸ ਤਰ੍ਹਾਂ ਦਾ ਕ੍ਰਾਈਟੀਰੀਆ ਨਹੀਂ ਹੈਗਾ। ਉਹ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਿਆ ਕਿ ਜਿਹੜੇ ਪਿੰਡਾਂ ਦੇ ਕਮੇਟੀਆਂ ਉਹ ਵੀ ਉਸੇ ਤਰੀਕੇ ਦੇ ਨਾਲ ਗ੍ਰੰਥੀ ਸਿੰਘਾਂ ਨੂੰ ਭਰਤੀ ਕਰਨ। ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰ ਸਕਦੇ ਹਾਂ, ਉੱਥੋਂ ਦੇ ਪ੍ਰਬੰਧਕੀ ਸਿਸਟਮ ਨੂੰ ਬੇਨਤੀ ਜਿਹੜੀ ਉਹ ਕਰ ਸਕਦੇ ਹਾਂ ਕਿ ਉਹ ਚਾਹੁਣ ਤਾਂ ਇਹ ਕੁਛ ਹੋ ਸਕਦਾ, ਸੁਧਾਰ ਹੋ ਸਕਦਾ। ਇੱਕ ਗੁਰਮੀਤ ਸਿੰਘ ਜੀ ਥੋੜ੍ਹੀ ਜਿਹੀ ਇੱਥੇ ਇਹ ਵੀ ਹੈ, ਮੇਰੇ ਵਰਗਾ ਮਿਹਨਤ ਤਾਂ ਵੀ ਨਹੀਂ ਕਰਦਾ ਵੀ ਉਹਨੂੰ ਸਰ ਜਾਂਦਾ। ਸਾਨੂੰ ਜੇ ਕਈ ਥਾਂ 'ਤੇ ਅਸੀਂ ਜਾਂਦੇ ਹਾਂ ਨਾ, ਜੋ ਵਿਸ਼ਾ ਦਿੱਤਾ ਜਾਂਦਾ ਵੀ ਤੁਸੀਂ ਆਹ ਵਿਸ਼ੇ 'ਤੇ ਬੋਲਣਾ, ਅਤੇ ਸਾਨੂੰ ਘਰੋਂ ਫਿਰ ਪੂਰੀ ਤਿਆਰੀ ਕਰਕੇ ਜਾਣਾ ਪੈਂਦਾ, ਰਸਤੇ 'ਚ ਸੋਚਣਾ ਪੈਂਦਾ, ਉੱਥੇ ਬਹਿ ਕੇ ਸੋਚਣਾ ਪੈਂਦਾ, ਜਿੱਥੇ ਖੁੱਲ੍ਹਾ ਹੋਵੇ ਕੰਮ ਸਾਨੂੰ ਫਿਕਰ ਨਹੀਂ ਹੁੰਦੀ। ਭਾਵ ਕਹਿਣ ਦਾ ਵੀ ਮਿਹਨਤ ਬੰਦਾ ਉਹ ਕਰੂਗਾ ਜਿਹਦੇ ਉੱਤੇ ਮਿਹਨਤ ਕਰਨ ਵਾਲਾ ਅੱਗੇ ਉਹਨੂੰ ਥਾਂ ਮਿਲ ਗਿਆ, ਜਾਂ ਕਹਿ ਲਓ ਉਹਦੀ ਮਿਹਨਤ ਦਾ ਮੁੱਲ ਪੈ ਗਿਆ, ਅਗਲਾ ਮਿਹਨਤ ਵੀ ਕਰੂਗਾ। ਹੁਣ ਕਈ ਗ੍ਰੰਥੀ ਸਿੰਘ ਕੀ, ਸਾਰੇ ਗ੍ਰੰਥੀ ਸਿੰਘ ਇਹ ਕਰਦੇ ਆ, 3:30 ਉੱਠਦੇ ਆ, ਠੀਕ ਹੈ, ਉੱਠਣ ਤੋਂ ਬਾਅਦ 4 ਵਜੇ ਤੱਕ ਉਹ ਪ੍ਰਕਾਸ਼ ਕਰਦੇ ਆ, 4 ਵਜੇ ਤੋਂ ਬਾਅਦ 6-7 ਵਜੇ ਤੱਕ ਉਹ ਨਿਤਨੇਮ ਅਤੇ ਹੋਰ ਅਰਦਾਸ ਬੇਨਤੀ ਸਾਰਾ ਕੁਝ ਕਰਦੇ ਆ। 7 ਵਜੇ ਤੋਂ ਬਾਅਦ ਕਦੇ ਕਿਸੇ ਦੇ ਸੁਖਮਣੀ ਸਾਹਿਬ ਆ ਗਿਆ ਉੱਥੇ ਜਾਓ ਜੀ, ਉਦੋਂ ਬਾਅਦ ਕਿਸੇ ਦੇ ਸਹਿਜ ਪਾਠ ਦਾ ਭੋਗ ਹੈ ਜਾਓ ਜੀ, ਮਰਗ ਦਾ ਭੋਗ ਹੈ ਜਾਓ ਜੀ, 1-2 ਵੱਧ ਗਿਆ, 1-2 ਵਜਣ ਤੋਂ ਬਾਅਦ ਹੁਣ ਕਈ ਗ੍ਰੰਥੀ ਸਿੰਘਾਂ ਨੇ ਸਹਿਜ ਪਾਠ ਵੀ ਰੱਖਿਆ ਹੁੰਦਾ, ਸਹਿਜ ਪਾਠ ਕਰ ਲਓ, 1-2 ਤੋਂ ਬਾਅਦ ਫਿਰ 4-5 ਵੱਜ ਜਾਂਦੇ ਆ, ਫਿਰ ਸ਼ਾਮ ਦੇ ਰਹਿ ਦਾ ਟਾਈਮ, ਫਿਰ ਲੋਕ ਲਾਓ, ਫਿਰ ਮਸਾਂ ਤੁਸੀਂ ਦੇਖ ਲਓ ਜੀ 8-9 ਵਜੇ 10 ਵਜੇ 11 ਵਜੇ ਸੌਂਦਾ, 2:30 ਵਜੇ ਫਿਰ ਉੱਠਣਾ, ਕੀ ਕਰ ਲੂਗਾ ਬੰਦਾ। ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਗ੍ਰੰਥੀ ਸਿੰਘਾਂ ਨੂੰ ਜਿਹੜੀਆਂ ਡਿਊਟੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ, ਲੰਗਰ ਵਿੱਚ ਭਾਂਡੇ ਮਾਂਜੋ, ਛੱਡੋ ਲੰਗਰ ਦੀ ਗੱਲ, ਜਾਓ ਪਿੰਡ 'ਚੋਂ ਗਜਾ ਕਰਕੇ ਆਓ, ਗਜਾ ਕਰਨ ਲਈ ਸੇਵਾ ਗ੍ਰੰਥੀ ਸਿੰਘਾਂ ਦੀ ਲੱਗੀ ਹੋਈ ਹੈ। ਇੱਥੋਂ ਤੱਕ ਪਾਣੀ ਦੀ ਟੈਂਕੀ 'ਚ ਪਾਣੀ ਚੜਾਉਣਾ ਕਿਤੇ ਭੁੱਲ ਗਿਆ ਤਾਂ ਉਹ ਵੀ ਗ੍ਰੰਥੀ ਦੀ ਜ਼ਿੰਮੇਵਾਰੀ ਹੈ, ਲਾਈਟ ਨਹੀਂ ਬੰਦ ਹੋਈ, ਬਾਬਾ ਲਾਈਟ ਨਹੀਂ ਬੰਦ ਕੀਤੀ। ਤਾਂ ਗ੍ਰੰਥੀ ਸਿੰਘ ਨਿਯੁਕਤ ਕੀਤਾ ਜਾਂਦਾ ਗੁਰੂ ਸਾਹਿਬ ਦਾ ਵਜ਼ੀਰ, ਉਹਦਾ ਸਤਿਕਾਰ ਵੀ ਵਜ਼ੀਰ ਦੇ ਤੌਰ ਤੇ ਹੋਣਾ ਚਾਹੀਦਾ, ਜਿਹੜੀ ਪੋਸਟ ਹੈ ਨਾ ਉਹਦੀ ਯੋਗਤਾ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪਹਿਲਾਂ ਤਾਂ ਗ੍ਰੰਥੀ ਸਿੰਘ ਦੀ ਯੋਗਤਾ ਇੱਕ ਵਜ਼ੀਰ, ਗੁਰੂ ਦਾ ਵਜ਼ੀਰ ਕਹਾਉਣ ਦੇ ਲਾਇਕ ਹੋਵੇ, ਉਹਦਾ ਕਰੈਕਟਰ ਤੇ ਉਹਦੀ ਯੋਗਤਾ, ਉਸ ਤੋਂ ਬਾਅਦ ਜਿਹੜੇ ਪ੍ਰਬੰਧਕ ਹੈ ਉਹਦੀ ਡਿਊਟੀ ਵੀ ਗੁਰੂ ਕੇ ਵਜ਼ੀਰ ਦੀ ਹੋਵੇ, ਵੀ ਉਹਦੀ ਥਾਂ ਥਾਂ 'ਤੇ ਡਿਊਟੀ ਨਹੀਂ, ਉਹ ਚਾਹਵੇ ਸੇਵਾ ਕਰ ਸਕਦਾ, ਗਜਾ ਦੀ ਸੇਵਾ ਗ੍ਰੰਥੀ ਸਿੰਘ ਚਾਹਵੇ, ਭਾਂਡੇ ਮਾਂਜਣ ਦੀ ਸੇਵਾ ਚਾਹਵੇ ਕਰ ਸਕਦਾ, ਝਾੜੂ ਲਾਵੇ, ਆਪਾਂ ਪਿੰਡ ਦਾ ਪਰ ਉਹਨੂੰ ਮਜਬੂਰ ਨਾ ਕੀਤਾ ਜਾਵੇ। ਪਿੰਡ ਦਾ ਨਾਂ ਨਾ ਲਈਏ ਤੇ ਮੈਂ ਤੁਹਾਨੂੰ ਘਟਨਾ ਦੱਸਾਂ, ਸਿੱਖਾਂ ਗਏ ਤੇ ਉੱਥੇ ਪ੍ਰਬੰਧਕ ਬੈਠੇ, ਕਹਿੰਦੇ ਜੀ ਛੁੱਟੀ ਕਰਨੀ ਬਾਬਾ ਜੀ ਦੀ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਅਸੀਂ ਸਵੇਰੇ ਆਉਣੇ ਤੇ ਚਾਹ ਦਾ ਨਾਂ ਹੀ ਲੈਂਦਾ ਲਾ, ਸਾਡਾ ਫੌਜ ਹੈ, ਫੌਜ ਦੇ ਵਿੱਚ ਗ੍ਰੰਥੀ ਸਿੰਘ ਦੀ ਇੱਕ ਪੋਸਟ ਹੈ, ਹਾਂਜੀ, ਉਹ ਰੱਖਦੇ ਹੈ। ਹੁਣ ਉਹਨਾਂ ਵਿੱਚ ਜਿਹੜੇ ਦੂਜੇ ਫੌਜ ਛੋਟੇ ਫੌਜੀ ਹੈ ਜਿਹਨਾਂ ਦਾ ਲੇਬਲ ਹੈ ਨਾ, ਉਹਨਾਂ ਦਾ ਡੋਡੀ ਲੇਬਲ ਹੈ ਵੀ ਆਪਾਂ ਉਹਨਾਂ ਨੂੰ ਜਾਣਦੇ ਜੀ, ਕੀ ਕਹਿੰਦੇ ਉਹਨੂੰ, ਅਤੇ ਉਹ ਹਰ ਫੌਜੀ ਜਿਹੜਾ ਉਹ ਗ੍ਰੰਥੀ ਸਿੰਘ ਦਾ ਸਤਿਕਾਰ ਕਰਦਾ। ਗ੍ਰੰਥੀ ਸਿੰਘ ਨੇ ਸਵੇਰੇ ਨਿਤਨੇਮ ਕਰਨਾ, ਸ਼ਾਮ ਕਰਨਾ, ਦੁਪਹਿਰ ਵੇਲੇ ਸਵੇਰੇ ਕਥਾ ਕਰਨੀ ਹੈ, ਸ਼ਾਮ ਵੀ ਕਥਾ ਕਰਨੀ, ਅਤੇ ਉਹ ਜਿਹੜੇ ਬਾਕੀ ਫੌਜੀਆਂ ਦੇ ਕੰਮ ਆ ਉਹਦੀ ਡਿਊਟੀ ਨਹੀਂ ਲਾਈ ਜਾਂਦੀ ਇੱਥੇ। ਉਹ ਜਿਹੜਾ ਗ੍ਰੰਥੀ ਸਿੰਘ ਹੈ ਉਹਨੂੰ ਜਿੱਥੇ ਤੱਕ ਮੇਰੀ ਨੌਲੇਜ ਉਹਨੂੰ ਸੂਬੇਦਾਰ ਸਿੱਧਾ ਕਰਾਰ ਦਿੱਤਾ ਜਾਂਦਾ, ਨਹੀਂ ਪਹਿਲਾਂ ਸਿਪਾਹੀ ਭਰਤੀ ਹੁੰਦਾ ਫਿਰ ਉਦੋਂ ਵੱਡਾ ਉਹਦਾ ਰੈਂਕ ਉੱਚਾ ਹੁੰਦਾ। ਹਾਂ, ਪਰ ਉਹਨੂੰ ਸਿੱਧਾ ਸੂਬੇਦਾਰ ਜਿਹੜਾ ਗ੍ਰੰਥੀ ਸਿੰਘ, ਵੀ ਇੰਨੀ ਕੁ ਉਹ ਆਪਾਂ ਕਹਿ ਲਈਏ ਵੀ ਸਤਿਕਾਰ ਕਰਦੇ ਹੈ ਨਾ, ਇਵੇਂ ਚੁੱਕਰੀ ਇੱਥੇ ਹੈ। ਹੁਣ ਉੱਥੇ ਭਾਵੇਂ ਵੱਡਾ ਅਫਸਰ ਵੀ ਆਵੇ ਗ੍ਰੰਥੀ ਸਿੰਘ ਦੇ ਸਾਹਮਣੇ, ਹੱਥ ਜੋੜ ਕੇ ਖਲੋਂਦਾ ਹੈ, ਫੌਜ ਦਾ ਆਪਾਂ ਵੱਡਾ ਅਫਸਰ ਵੀ ਆਵੇ ਹੱਥ ਜੋੜਦਾ ਹੈ ਉਹ, ਕਿਉਂਕਿ ਸਤਿਕਾਰ ਕਰਦੇ ਆ ਇੱਥੇ ਪ੍ਰਧਾਨ, ਭਾਵੇਂ ਬਿਨਾਂ ਕੇਸਦਾੜੀ ਤੋਂ ਆ ਜੇ ਗ੍ਰੰਥੀ ਸਿੰਘ ਦਾ ਸਤਿਕਾਰ ਥੋੜ੍ਹਾ ਕਰਨਾ, ਬਾਬਾ ਚਾਹ ਨਹੀਂ ਪੁੱਛੀ ਇੱਥੇ। ਜਿੱਥੋਂ ਤੱਕ ਮੈਨੂੰ ਲੱਗਦਾ ਜਿੱਥੇ ਤਾਂ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਆਪਣੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਜਾਂ ਹਰਿਆਣਾ ਕਮੇਟੀ ਜਾਂ ਦਿੱਲੀ ਕਮੇਟੀ ਦਾ ਪ੍ਰਬੰਧ ਹੈ ਜਾਂ ਜਿਹੜੇ ਮਿਸ਼ਨਰੀ ਕਾਲਜ ਹੈ ਉਹ ਤਾਂ ਹੋ ਗਿਆ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ, ਜਿਹੜੇ ਉਹ ਗ੍ਰੰਥੀ ਸਿੰਘ ਵੀ ਉੱਥੇ ਆਉਂਦੇ ਆ, ਜਿਵੇਂ ਫੌਜ ਦੀ ਤੁਸੀਂ ਗੱਲ ਕੀਤੀ ਆ, ਉੱਥੇ ਗੁਰਦੁਆਰਾ ਸਾਹਿਬਾਨ ਹੈ, ਉਹ ਗ੍ਰੰਥੀ ਸਾਹਿਬਾਨਾਂ ਨੂੰ ਪਹਿਲਾਂ ਜਿਹੜੇ ਆ ਯੋਗਤਾ ਦੇ ਆਧਾਰ 'ਤੇ ਰੱਖਦੇ ਆ, ਫਿਰ ਉਹਨਾਂ ਦਾ ਸਤਿਕਾਰ ਵੀ ਉਨਾ ਹੀ ਹੁੰਦਾ। ਇੱਥੇ ਗਰਾਵਟ ਸਾਡੇ ਪ੍ਰਬੰਧਕਾਂ 'ਚ ਹੈ, ਪ੍ਰਬੰਧਕਾਂ 'ਚ ਪਹਿਲਾਂ ਤਾਂ ਅਸੀਂ ਯੋਗ, ਜਿਹੜਾ ਬੰਦਾ ਯੋਗ ਨਹੀਂ ਹੁੰਦਾ ਉਹਨੂੰ ਗ੍ਰੰਥੀ ਨਿਯੁਕਤ ਕਰ ਦਿੰਦੇ ਹਾਂ, ਫਿਰ ਉਹ ਯੋਗਤਾ ਜਦੋਂ ਨਹੀਂ ਹੁੰਦੀ ਉਹਦਾ ਇਸੇ ਕਰਕੇ ਨਿਰਾਦਰ ਹੁੰਦਾ, ਨਿਰਾਦਰ ਹੁੰਦਾ ਅਤੇ ਉਹ ਜਿਹੜੇ
ਸਾਡੇ ਜਿਹੜੇ ਪ੍ਰਬੰਧਕ ਹੈ ਕਮੀ ਇੱਥੇ ਆ ਗਈ ਕਿ ਉਹ ਇੱਕ ਯੋਗ ਵਿਅਕਤੀ ਜਿਹੜੇ ਆ ਉਹਨਾਂ ਨੂੰ ਗ੍ਰੰਥੀ ਸਿੰਘ ਨਿਯੁਕਤ ਕਰਨ। ਤੁਸੀਂ ਦੇਖੋ ਹਰ ਥਾਂ ਤੇ ਇਹ ਹਾਲਤ ਮਾੜੀ ਨਹੀਂ, ਜਿੱਥੇ ਪ੍ਰਬੰਧਕ ਚੰਗੇ ਆ ਗ੍ਰੰਥੀ ਸਿੰਘ ਵੀ ਬਹੁਤ ਚੰਗੇ ਆ, ਬਹੁਤ ਚੜ੍ਹਦੀ ਕਲਾ ਵਾਲੇ, ਬਹੁਤ ਸਿਸਟਮ ਹੈ। ਹਾਲਾਂ ਉਹਨਾਂ ਨੂੰ ਸਭ ਤੋਂ ਪਹਿਲ ਸੁਧਾਰਨੀ ਪੈਣੀ ਹੈ, ਇਹ ਧਰਮ ਦੇ ਪਾਵੇ ਕਹੇ ਜਾਂਦੇ ਹਨ, ਧਰਮ ਦੀ ਪੀੜ੍ਹੀ ਦੇ ਪਾਵੇ ਹੈ, ਪ੍ਰਬੰਧਕ ਹੈ, ਗ੍ਰੰਥੀ ਸਿੰਘ ਹੈ, ਸੰਗਤ ਹੈ, ਹੈ ਨਾ। ਇਹ ਸਾਰਾ ਜੇ ਰਲ ਕੇ ਕਰਨ, ਜਿਵੇਂ ਹੁਣ ਆਪਾਂ ਕਹਿ ਦਿੰਦੇ ਆ, ਉੱਥੇ ਕਹਿ ਦਿੰਦੇ ਵੀ ਸਾਡੇ ਤਾਂ ਜੇ 70-80 ਬੰਦੇ ਸਵੇਰੇ ਗੁਰਦੁਆਰਾ ਸਾਹਿਬ ਆਉਂਦੇ ਆ, ਅਸੀਂ ਕਿਵੇਂ ਗ੍ਰੰਥੀ ਸਿੰਘ ਦੀ ਤਨਖਾਹ ਵਧਾਈਏ, ਕਿਵੇਂ ਕੱਢੀਏ? ਉਹ ਭਾਈ ਤੁਹਾਡੇ ਪਿੰਡ 'ਚ 200 ਘਰ ਹੈ, 300 ਘਰ ਹੈ ਸਿੱਖਾਂ ਦਾ, ਇੱਕ ਘਰ ਬਾਰ 200-200 ਰੁਪਇਆ ਪਾ ਲਓ ਮਹੀਨੇ ਦਾ, 300 ਪਾ ਲਓ। ਜੇ ਆਪਾਂ ਮੰਨੀਏ ਇੱਕ ਗੱਲ ਦੀ, ਉਹ ਪਾ ਕੇ ਜਿਵੇਂ ਢਾਲ ਇਕੱਠੀ ਕਰਦੇ ਹੋ ਹੋਰ ਕੰਮਾਂ ਵਾਸਤੇ, ਗ੍ਰੰਥੀ ਸਿੰਘ ਦੀ ਤਨਖਾਹ ਲਈ ਤੁਸੀਂ ਕਰ ਲਿਆ ਕਰੋ, ਵਧਾ ਸਕਦੇ ਹੋ। ਪਰ ਅਸਲ ਚਾਹੁੰਦੇ ਨਹੀਂ ਉਹ, ਉਹ ਚਾਹੁੰਦੇ ਗੁਲਾਮ ਬਣਾ ਕੇ ਰੱਖਣਾ। ਹੁਣ ਜੇ ਬਹੁਤ ਸਾਰੇ ਪ੍ਰਬੰਧਕ ਸੂਝਵਾਨ ਹੈ, ਪਰ ਬਹੁਤ ਸਾਰੇ ਇਹ ਜਿਹਾ ਸੋਚਦੇ ਆ ਜੀ। ਜੇ ਹੁਣ ਇੱਕ ਸਕੂਲ ਚਲਾਉਣਾ ਹੈ ਤਾਂ ਉਹਦੇ ਵਿੱਚ ਇੱਕ ਅਧਿਆਪਕ ਜਿਹੜਾ ਮੁੱਖ ਅਧਿਆਪਕ ਤੇ ਉਹਦੇ ਨਾਲ ਦੇ ਜਿਹੜੇ ਅਧਿਆਪਕ ਹੈ ਉਹ ਸਟਾਫ ਪੂਰਾ ਕਰਨਾ ਜ਼ਰੂਰੀ ਹੈ, ਬਾਕੀ ਚੀਜ਼ਾਂ ਬਾਅਦ ਦੇ ਵਿੱਚ ਹੈ, ਬਾਕੀ ਬਾਅਦ ਫਿਰ ਅੱਗੇ ਸਿਸਟਮ ਚੱਲੂਗਾ। ਜੇ ਤੁਸੀਂ ਹੋਰ ਕੰਮ ਲਾ ਲਓ ਕੋਈ ਵੀ ਹੈ, ਆਪਾਂ ਖੇਤੀ ਕਿੱਤੇ ਦੇ ਨਾਲ ਜੁੜੇ ਹਾਂ, ਆਪਾਂ ਖੇਤੀ ਦਾ ਧੰਦਾ ਜਦੋਂ ਸਟਾਰਟ ਕਰਦੇ ਹਾਂ ਤਾਂ ਸਾਨੂੰ ਜਿਹੜਾ ਖੇਤੀ ਚਲਾਉਣ ਵਾਸਤੇ ਸਾਧਨਾਂ ਦੀ ਬਾਅਦ ਦੇ ਵਿੱਚ ਜ਼ਰੂਰਤ ਪੈਂਦੀ ਹੈ। ਜਿਹੜਾ ਪਹਿਲਾਂ ਕਿਸਾਨ ਹੈ, ਪਹਿਲਾਂ ਕਿਸਾਨ ਚਾਹੀਦਾ ਅਤੇ ਜ਼ਮੀਨ ਚਾਹੀਦੀ ਹੈ, ਸਾਧਨ ਬਾਅਦ ਦੇ ਵਿੱਚ ਹੈ, ਸਾਧਨ ਘੱਟ ਵੀ ਹੋਣਗੇ ਤਾਂ ਸਰਜੂਗਾ। ਇਵੇਂ ਜਿਵੇਂ ਕਿਸੇ ਵੀ ਸੰਸਥਾ ਦੇ ਵਿੱਚ ਚਲੇ ਜਾਓ, ਕੋਈ ਸਰਕਾਰੀ ਅਦਾਰਾ ਉੱਥੇ ਚਲੇ ਜਾਓ, ਪਹਿਲਾਂ ਉਹ ਜ਼ਮੀਨ ਜਿਹੜੀ ਆ ਗਰਾਊਂਡ ਚਾਹੀਦਾ, ਉਸ ਤੋਂ ਬਾਅਦ ਜਿਹੜਾ ਉਹਨੂੰ ਚਲਾਉਣਾ ਹੈ ਜਿਹਨੇ, ਜਿਹੜਾ ਉੱਥੋਂ ਦਾ ਇਨਸਾਨ ਜਿਹੜਾ ਚਲਾਊਗਾ ਉਹ ਚਾਹੀਦਾ। ਹੁਣ ਜਿਹੜਾ ਗੁਰਦੁਆਰਾ ਸਾਹਿਬ ਹੈ, ਅਸੀਂ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਉਸਾਰ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ, ਬੜਾ ਸੁੰਦਰ ਉੱਥੇ ਜਿਹੜੇ ਸੇਵਾ ਕਰਨੀ ਹੈ ਗ੍ਰੰਥੀ ਸਿੰਘ ਨੇ, ਸਵੇਰੇ ਸ਼ਾਮ ਕਥਾ ਕਰਨੀ ਹੈ, ਅਰਦਾਸ ਕਰਨੀ ਹੈ, ਉਹ ਇੱਕ ਯੋਗ ਵਿਅਕਤੀ ਅਸੀਂ ਲਿਆਈਏ, ਉਸ ਚੀਜ਼ ਨੂੰ ਅਸੀਂ ਤਰਜੀਹ ਨਹੀਂ ਦਿੱਤੀ ਜਿੱਥੇ ਨੁਕਸਾਨ ਖਾਧਾ। ਉੱਥੇ ਅਸੀਂ ਘੱਟ ਯੋਗਤਾ ਵਾਲੇ ਬੰਦੇ ਲਿਆਂਦੇ, ਉਹ ਘੱਟ ਯੋਗਤਾ ਵਾਲੇ ਬੰਦੇ ਕਿਤੇ ਨਾ ਕਿਤੇ ਕੁਤਾਹੀ ਕਰ ਜਾਂਦੇ ਆ ਮਰਿਆਦਾ ਦੇ ਵਿੱਚ, ਫਿਰ ਉਹਨਾਂ ਦਾ ਨਿਰਾਦਰ ਹੁੰਦਾ, ਨਿਰਾਦਰ ਹੁੰਦਾ ਤਾਂ ਫਿਰ ਕਿਹਾ ਜਾਂਦਾ ਗ੍ਰੰਥੀ ਸਿੰਘਾਂ ਦਾ ਨਿਰਾਦਰ ਸ਼ੁਰੂ ਹੋ ਗਿਆ ਜੀ। ਮੈਨੂੰ ਇਹ ਲੱਗਦਾ ਕਮੀ ਇੱਥੇ ਹੈ ਜੀ। ਜੀ ਬਿਲਕੁਲ ਜੀ, ਇਹੀ ਸੁਧਾਰ ਆ ਜੇ ਤਾਂ ਸਾਰਾ ਸੁਧਾਰਿਆ ਜਾ ਸਕਦਾ। ਬਿਲਕੁਲ, ਵੱਡੀ ਇੱਥੇ ਕਮੀ ਹੈ, ਪ੍ਰਬੰਧਕੀ ਢਾਂਚਾ ਜਿਹੜਾ ਸਿਸਟਮ ਹੈ ਉਹੀ ਸਹੀ ਕਰ। ਪ੍ਰਬੰਧਕ ਦਾ ਮਤਲਬ, ਪ੍ਰਬੰਧਕ ਦਾ ਮਤਲਬ ਇਹ ਹੁੰਦਾ ਵੀ ਸਿਸਟਮ ਸਹੀ ਕਰ। ਬਿਲਕੁਲ, ਪਰ ਉਹ ਇਹ ਮਤਲਬ ਨਹੀਂ ਵੀ ਤੁਸੀਂ ਬਹਿ ਕੇ ਇੱਥੇ ਕਬਜ਼ੇ ਕਰ ਲਓ ਆਪਦਾ ਅਤੇ ਤੁਸੀਂ ਆਪਦੀਆਂ ਚਾਹ ਪੀਓ ਅਤੇ ਆਪਦੀਆਂ ਸਭ ਪ੍ਰਸ਼ਾਦੇ ਘਰੇ ਜਾਓ, ਹੈ ਨਾ। ਪ੍ਰਬੰਧਕ ਕੋਈ ਪ੍ਰਸ਼ਾਦੇ ਛਕਣ ਵਾਸਤੇ ਨਹੀਂ ਬਣਦਾ, ਉਹ ਭਾਈ ਉਹ ਤਾਂ ਸੇਵਾ ਕਰਨ ਵਾਸਤੇ ਬਣਦਾ। ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ, ਫਿਰ ਕਮੇਟੀ ਵਾਲਿਆਂ ਦੀ ਜ਼ਿੰਮੇਵਾਰੀ ਅੱਡੋ ਅੱਡੀ। ਸਾਰੇ ਬੰਦਿਆਂ ਨੂੰ ਚਾਹੀਦਾ, ਪ੍ਰਬੰਧਕ ਵੀ ਇਹੋ ਜਿਹੇ ਚਾਹੀਦੇ ਆ ਜਿਹੜੇ ਘਰੋਂ ਫ੍ਰੀ ਹੈ। ਮੇਰੇ ਮੁਤਾਬਕ ਘਰੋਂ ਫ੍ਰੀ ਵੀ ਹੈ, ਦੂਜਾ ਉਹ ਅੰਮ੍ਰਿਤਧਾਰੀ। ਪਹਿਲੀ ਗੱਲ ਤਾਂ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹੜੇ ਉਹ ਕੇਸਾਧਾਰੀ ਵੀ ਨੇ, ਅੰਮ੍ਰਿਤਧਾਰੀ ਤੇ ਗੱਲ ਦੂਰ। ਉਹ ਮਰਿਆਦਾ ਦੀ ਉਹਨਾਂ ਨੂੰ ਨੌਲੇਜ ਨਹੀਂ, ਫਿਰ ਗ੍ਰੰਥੀ ਯੋਗਤਾ ਵਾਲਾ ਗ੍ਰੰਥੀ ਕਿਵੇਂ? ਉਹ ਗ੍ਰੰਥੀ ਸਿੰਘ ਨੂੰ ਦੱਸ ਰਹੇ ਹੁੰਦੇ ਵੀ ਬਾਬਾ ਜੀ ਤੁਸੀਂ ਵੀ ਤੜਕੇ 4:30 ਤੋਂ ਬਾਹਲਾ ਸੁਣਿਆ, ਤੁਸੀਂ 4:30 ਬੋਲਿਆ ਕਰੋ, ਉਹ ਕਹਿ ਰਹੇ ਹੁੰਦੇ ਆ, ਕਿਉਂਕਿ ਉਹਨਾਂ ਨੂੰ ਆਪ ਨੂੰ ਪਤਾ ਨਹੀਂ ਵੀ ਕੀ ਮਰਿਆਦਾ, ਹੈ ਨਾ, ਕੀ ਅੰਮ੍ਰਿਤ ਵੇਲਾ, ਉਹਨਾਂ ਨੂੰ ਨਹੀਂ ਪਤਾ ਅਤੇ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ। ਤਾਂ ਜੋ ਉਹ ਗੁਰਬਾਣੀ ਦਾ ਗਿਆਨ ਰੱਖਣਗੇ, ਮਰਿਆਦਾ ਦਾ ਗਿਆਨ ਰੱਖਣਗੇ, ਗੁਰਦੁਆਰਾ ਸਾਹਿਬ ਇਹ ਮੇਰੇ ਘਰੋਂ ਫ੍ਰੀ ਦਾ ਕਹਿਣ ਦਾ ਮਤਲਬ ਇਹ ਸੀ ਕਿ ਉਹ ਆਪਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣਗੇ ਤਾਂ ਸਮਾਂ ਦੇ ਸਕਣਗੇ ਉੱਧਰ। ਜੇ ਹੁਣ ਆਪਣੇ ਵਰਗਾ ਕੋਈ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ 'ਚ ਇੰਨਾ ਫਸਿਆ ਪਿਆ, ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਾਲ ਚੱਕ ਕੇ ਤੁਰ ਪਏ ਅਤੇ ਉੱਧਰ ਉਹ ਸੇਵਾ ਦੇਊਗਾ ਕਿਵੇਂ? ਉਹ ਆਪਦੇ ਘਰ ਦੇ ਕੰਮਾਂ 'ਚ ਦਿਮਾਗ ਲਾਈ ਜਾਂਦਾ, ਉੱਧਰ ਉੱਧਰ ਧਿਆਨ ਹੀ ਨਹੀਂ ਜਾਂਦਾ, ਉੱਧਰ ਖਾਨਾ ਪੂਰਤੀ ਕਰਿਆ ਆਉਂਦਾ। ਤਾਂ ਕਈ ਹੁੰਦਾ ਹੀ ਇਹ ਹੈ, ਤੁਸੀਂ ਜਾਓ ਕਿ ਸਥਾਨ ਜਾਈਦਾ ਅਤੇ ਉਹ ਪ੍ਰਧਾਨ ਨੂੰ ਫੋਨ, ਮੈਂ ਤਾਂ ਜੀ ਖੇਤ ਹੈ ਜੀ, ਮੈਂ ਤਾਂ ਨਹੀਂ ਆਇਆ ਜਾਣਾ, ਉਹਦਾ ਖੇਤ ਬਿਨਾਂ ਵੀ ਨਹੀਂ ਸਰਦਾ। ਹਾਂ, ਅਤੇ ਮੈਂ ਤਾਂ ਜੀ ਫਿਰ ਤਹਿਸੀਲ 'ਚ ਫਿਰਦਾ ਜੀ, ਮੈਂ ਤਾਂ ਨਹੀਂ ਆਇਆ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋ, ਤੁਸੀਂ ਇੱਕ ਪਾਸੇ ਹੋ ਕੇ ਰਹੋ। ਇਹ ਸਾਡਾ ਫਰਜ਼ ਬਣਦਾ ਵੀ ਅਸੀਂ ਪ੍ਰਬੰਧਕ ਵੀ ਉਹਨਾਂ ਲੋਕਾਂ ਨੂੰ ਲਾਈਏ ਜਿਹੜੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਥੋੜ੍ਹੇ ਰਿਲੈਕਸ ਹੈ, ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਉਹ ਸਮਾਂ ਦੇ ਸਕਦੇ ਹੈ, ਅਤੇ ਦੂਜੀ ਗੱਲ ਉਹ ਖੁਦ ਯੋਗ ਹੋਣਗੇ ਤਾਂ ਹੀ ਉਹ ਅੱਗੇ ਯੋਗਤਾ ਵਾਲਾ ਗ੍ਰੰਥੀ ਨਿਯੁਕਤ ਕਰਨਗੇ। ਘੰਟਾ 2 ਘੰਟੇ ਜਿਹੜਾ ਆ ਕੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਬਹਿੰਦਾ ਹੈ ਨਾ ਪ੍ਰਬੰਧਕ ਜਿਹੜਾ, ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਜੇ ਕਮੀ ਹੈ ਤੇ ਇੱਥੇ ਜਾ ਇੱਥੇ ਜਾ ਸਾਡਾ ਸੁਧਾਰ ਹੋ ਸਕਦਾ ਹੈ। ਤੇ ਜਿਹਨੇ 5 ਮਿੰਟ ਆਉਣਾ ਮੱਥਾ ਟੇਕ ਕੇ ਮੁੜ ਜਾਣਾ, ਘਰੋਂ ਫੋਨ ਕਰਦਾ ਬਾਬਾ ਜੀ ਆਹ ਕਰ ਦਿਉ ਆਹ ਕਰ ਦਿਉ, ਉਹਨੂੰ ਨਹੀਂ ਪਤਾ ਹੁੰਦਾ ਕੁਛ। ਬਿਲਕੁਲ, ਜਿਹੜਾ ਆ ਕੇ ਬੈਠੂਗਾ ਮਰਿਆਦਾ ਸਮਝੂਗਾ, ਸਵੇਰੇ ਸ਼ਾਮ ਬਾਣੀ ਸੁਣੂਗਾ, ਉਹਨੂੰ ਸਮਝ ਪਊਗੀ ਹੌਲੀ ਹੌਲੀ, ਉਹ ਇਹ ਜਿਹਾ ਪ੍ਰਬੰਧਕ ਹੋਵੇ ਤੇ ਬਹੁਤ ਨਿਆਰੀ ਗੱਲ ਹੋ ਸਕਦੀ ਹੈ। ਠੀਕ ਜੀ, ਚਲੋ ਇਹ ਅੱਜ ਜਿਹੜਾ ਸਾਡਾ ਬਹੁਤ ਜ਼ਰੂਰੀ ਮਸਲਾ ਸੀਗਾ, ਸੋਚਿਆ ਤਾਂ ਇਹ ਸੀਗਾ ਕਿ ਕਈ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਜਿਹੜੇ ਅੱਜ ਦੇ ਸਾਡੇ ਖਾਸ ਨੇ, ਪਰ ਗ੍ਰੰਥੀ ਸਾਹਿਬਾਨਾਂ ਦਾ ਜਿਹੜਾ ਇਹ ਮਸਲਾ ਸੀਗਾ ਇਹ ਬਹੁਤ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਚੱਲ ਰਿਹਾ, ਤਾਂ ਕੁਝ ਕੁ ਗੱਲਾਂ ਬਾਤਾਂ ਆਪਣੀ ਮੱਤ ਅਨੁਸਾਰ ਅਸੀਂ ਸਾਂਝੀਆਂ ਕੀਤੀਆਂ। ਹੋ ਸਕਦਾ ਤੁਹਾਨੂੰ ਕੁਝ ਗੱਲਾਂ ਇਹਦੇ 'ਚੋਂ ਚੰਗੀਆਂ ਲੱਗਣ, ਜਿਹੜੀਆਂ ਮਾੜੀਆਂ ਲੱਗੀਆਂ ਉਹਨਾਂ ਨੂੰ ਛੱਡ ਦਿਓ, ਜੇ ਕੋਈ ਚੰਗੀਆਂ ਲੱਗੀਆਂ ਤਾਂ ਉਹਨਾਂ ਨੂੰ ਅਪਣਾ ਲਿਓ, ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ, ਜੇਕਰ ਚੰਗੀ ਲੱਗੇ ਤਾਂ ਚੈਨਲ ਨੂੰ